ਇੱਥੋਂ ਦੀ STF ਟੀਮ, ਸਤਿੰਦਰ ਸਿੰਘ, ਵਰਮੀਤ ਇੰਸਪੈਕਟਰ ਅਤੇ ਸਾਡੀ ਬਾਕੀ ਦੇ ਜਿਹੜੇ ਮੁਲਾਜ਼ਮ, ਉਹਨਾਂ ਨੇ ਬੜੀ ਵੱਡੀ ਇਹਨਾਂ ਨੂੰ ਸਫਲਤਾ ਹਾਸਿਲ ਹੋਈ ਹੈ, ਅਤੇ ਜਿਸ ਦੇ ਵਿੱਚ ਇੱਕ ਅੰਤਰਰਾਸ਼ਟਰੀ ਸਮੱਗਲਰ ਜਿਨ੍ਹਾਂ ਦੇ ਲਿੰਕ ਬਾਹਰ ਹੈਗੇ ਆ, ਅਤੇ ਉਹਦਾ ਸਤਨਾਮ ਸਿੰਘ ਸੱਤਾ, ਉਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਹੋਈ ਹੈ, ਅਤੇ ਉਸ ਪਾਸੋਂ 9 ਕਿਲੋ ਹੈਰੋਇਨ, ਜਿਸ ਦੀ ਆਪਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਾਫੀ 45 ਕਰੋੜ ਰੁਪਏ ਦੀ ਕਹਿ ਸਕਦੇ ਹਾਂ, ਇਹ ਬਰਾਮਦ ਹੋਈ ਹੈ। ਅਤੇ ਜਿਹੜਾ ਉਸਦਾ ਸਾਥੀ ਸੀਗਾ ਬਲਵਿੰਦਰ ਸਿੰਘ ਉਰਫ ਲਾਟੀ, ਉਹ ਉੱਥੋਂ ਮੌਕਾ ਤੋਂ ਭੱਜ ਗਿਆ, ਪਰ ਉਸਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ। ਇਹਨਾਂ ਦੇ ਲਿੰਕ ਬਾਹਰ ਸੀ ਅਤੇ ਉੱਥੋਂ ਇਹਨਾਂ ਨੇ ਮੰਗਾਈ ਸੀ, ਅਤੇ ਜਿਹੜੀ ਇਨਫੋਰਮੇਸ਼ਨ ਬੇਸ ਇਹਨਾਂ ਨੇ ਬੜੀ ਸੋਹਣੀ ਉਸਦੀ ਕਾਰਵਾਈ ਚੰਗੀ ਕੀਤੀ, ਅਤੇ ਜਿਸ 'ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ। ਅਤੇ ਇਹਦੇ ਵਿੱਚ ਅੱਗੇ ਵੀ ਦੱਸਣਾ ਜ਼ਰੂਰੀ ਵੀ ਸਤਨਾਮ ਸਿੰਘ 'ਤੇ ਪਹਿਲਾਂ STF ਵੱਲੋਂ ਹੀ ਪਹਿਲਾਂ ਇੱਕ ਹੋਰ ਪਰਚਾ ਵੀ ਹੈ, ਜਿਸ ਦੇ ਵਿੱਚ 18 ਜਨਵਰੀ 2018 ਦਾ ਪਰਚਾ ਹੈਗਾ, ਜਿਸ ਦੇ ਵਿੱਚ ਉਸ 'ਤੇ 0.5 ਕਿਲੋ ਹੈਰੋਇਨ ਦਾ ਪਰਚਾ ਬਰਾਮਦਗੀ ਹੋਈ ਸੀਗੀ। ਅਤੇ ਜਿਹੜਾ ਬਲਵਿੰਦਰ ਸਿੰਘ ਲਾਡੀ ਹੈ, ਉਸ 'ਤੇ ਪਹਿਲਾਂ 4 ਪਰਚੇ ਦਰਜ ਹੈ, 5ਵਾਂ ਇਹ ਪਰਚਾ ਜਿਹੜਾ ਪ੍ਰੈਜੈਂਟ ਪਰਚਾ ਦਰਜ ਹੋਇਆ, ਅਤੇ ਉਹ ਵੀ NDPS 'ਤੇ ਹੀ ਉਸ 'ਤੇ ਬਾਕੀ ਦੇ ਪਰਚੇ ਦਰਜ ਹੋਏ ਹੋਏ ਪਹਿਲਾਂ। ਅਤੇ ਟੋਟਲ ਕਿੰਨੇ ਬੰਦੇ ਸਰ ਇੱਕ ਬੰਦਾ ਜਿਹੜਾ ਸਤਨਾਮ ਸਿੰਘ ਸੱਤਾ, ਜਿਹੜਾ ਦੂਸਰੇ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ। ਇਹਨਾਂ ਦੇ ਬੇਸਿਕਲੀ ਪਾਕਿਸਤਾਨ ਦੇ ਵਿੱਚ ਹੈਗੀ ਹੈ, ਉੱਧਰੋਂ ਪਾਕਿਸਤਾਨ ਦਾ ਨਾਮ ਸਾਹਮਣੇ ਆ, ਉਹ ਅਸੀਂ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਕੁਛ ਉਹ ਅਸੀਂ ਉਸ ਤੋਂ ਬਾਅਦ ਹੀ ਦੱਸ ਸਕਦੇ। ਹਾਂਜੀ, ਇਹ ਅਸੀਂ 1-2 ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਇਨਵੈਸਟੀਗੇਸ਼ਨ ਵਾਸਤੇ ਜ਼ਰੂਰੀ ਹੈ, ਅਤੇ ਇੰਨਾ ਹੀ ਹੈ ਵੀ ਉੱਧਰੋਂ ਮੰਗਵਾਉਂਦੇ ਸੀਗੇ, ਅਤੇ ਜਿਹੜੀ ਬਾਕੀ ਚੀਜ਼ਾਂ ਅਸੀਂ ਇਨਵੈਸਟੀਗੇਸ਼ਨ ਕਰਨ ਅਸੀਂ ਹਜੇ ਉਹਨਾਂ ਨੂੰ ਡਿਸਕਲੋਜ਼ ਨਹੀਂ ਕਰਨਾ। ਸਰ ਪਹਿਲਾਂ ਵੀ ਸਾਹਮਣੇ ਆਇਆ ਕਦੀ ਬੈਟਰੀ ਦੇ ਨਾਲ ਆਉਂਦੀ ਹੈ, ਕਦੀ ਟਰੈਕਟਰ ਦੀਆਂ ਜਿਹੜੀਆਂ ਫੱਟੀਆਂ ਦੀ ਉਹਦੇ ਵਿੱਚ ਆਉਂਦੀ ਹੈ, ਆਉਣ ਦਾ ਤਰੀਕਾ ਇੱਧਰ ਕੀ ਸੀ? ਹਾਂਜੀ, ਇਹ ਸਾਡੀ ਹਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ, ਹਜੇ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਅੱਗੇ ਇਨਵੈਸਟੀਗੇਸ਼ਨ ਚੱਲਣੀ ਹੈ। ਅਸੀਂ ਹੋਰ ਵੀ ਦੇਖੋ, ਇਹ ਜਿਹੜੇ ਇਹਨਾਂ ਨੇ ਰਿਸੀਵ ਕੀਤੀ ਹੈ ਉਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਚੱਲ ਰਿਹਾ, ਜਿੱਥੇ ਵੀ ਜਿਹਨਾਂ ਦੇ ਵੀ ਹੋਰ ਨਾਂ ਆਉਂਦੇ ਆ ਉਸ 'ਤੇ ਕਾਰਵਾਈ ਕਰਾਂਗੇ। ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ, ਅਸੀਂ ਹੋਰ ਇਹਨਾਂ ਤੋਂ ਜਿਹੜਾ ਬਲਵਿੰਦਰ ਨੂੰ ਵੀ ਜਦੋਂ ਫੜਾਂਗੇ, ਜ਼ਿਆਦਾ ਬਲਵਿੰਦਰ ਤੋਂ ਵੀ ਚੀਜ਼ਾਂ ਸਾਹਮਣੇ ਆਉਣਗੀਆਂ। ਇਸ 'ਤੇ ਇਹ ਆਪਣਾ ਜਿਹੜਾ ਸੱਤੀ, ਇਹ ਹੁਣੇ ਇਹਦੇ 'ਚੋਂ ਅੱਗੇ ਬੇਲ 'ਤੇ ਆਇਆ ਹੋਇਆ, ਅਤੇ ਪਹਿਲਾਂ ਜਿਹੜੇ ਮੁਕੱਦਮੇ 'ਚ 0.5 ਕਿਲੋ ਸੀ। ਹਾਂਜੀ, ਉਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਹੈ, ਹਜੇ ਕਰ ਰਹੇ ਹਾਂ। ਉਸ ਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਮੰਗਾਈਆਂ, ਅਤੇ ਤਾਂ ਹੀ ਪਰਚੇ ਇੰਨੇ ਦਰਜ ਹੈ, ਉੱਥੇ 4 ਪਹਿਲਾਂ ਦੇ ਪਰਚੇ ਹੀ ਦਰਜ ਹੈ, ਉਸ ਤੋਂ ਬਿਨਾਂ ਵੀ ਮੰਗਾਈਆਂ ਹੋਣਗੀਆਂ, ਜੋ ਬਿਨਾਂ ਪਰਚੇ ਤੋਂ ਬਿਨਾਂ ਫੜੇ ਕੇ ਬਚ ਗਿਆ ਹੋਊਗਾ। ਇਹ ਅਸੀਂ ਜਿਹੜੀ ਇਨਫੋਰਮੇਸ਼ਨ ਮੁਤਾਬਕ ਮਾਨਾ ਵਾਲੇ ਜਿਹੜਾ ਉੱਥੇ ਨਾਕਾ ਲਾਇਆ ਸੀਗਾ, ਜਦੋਂ ਇਨਫੋਰਮੇਸ਼ਨ ਆਈ ਪਹਿਲਾਂ ਇਹਨਾਂ ਨਾਕਾਬੰਦੀ ਇੱਧਰ ਸ਼ਹਿਰ ਦੇ ਅਰਾਊਂਡ ਕੀਤੀ ਹੋਈ ਸੀ, ਸਾਡਾ ਆਪਣਾ ਗੋਲਡਨ ਗੇਟ ਹੈ, ਅਤੇ ਉਸ ਤੋਂ ਬਾਅਦ ਇਨਫੋਰਮੇਸ਼ਨ 'ਤੇ ਇਹਨਾਂ ਨੇ ਅੱਗੇ ਮਾਨਾ ਵਾਲੇ ਜਾ ਕੇ ਨਾਕਾਬੰਦੀ ਕੀਤੀ, ਜਿੱਥੇ ਕਿ ਉਹ ਜਿਹੜੀ ਇਨਫੋਰਮੇਸ਼ਨ ਮੁਤਾਬਕ ਜਿਹੜੀ ਕਾਰ ਆਉਂਦੀ ਸੀ, ਹਾਂ ਕਾਰ ਦੇ ਵਿੱਚ I-10 ਸੀ ਕਾਰ। ਅਸੀਂ ਇਹਨਾਂ ਨੂੰ ਇੱਕ ਤਾਂ ਗੱਡੀ ਹੋਈ ਹੈ, ਅਤੇ ਜਿਹੜਾ ਉਹ ਇਸਨੇ ਜਿਹੜਾ ਆਪਣਾ ਸਿੱਟ ਦਿੱਤਾ ਸੀਗਾ ਜਿਹੜਾ ਫੋਨ ਸੀਗਾ,
ਅਤੇ ਪਰ ਅਸੀਂ ਉਹ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪੁੱਛਗਿੱਛ ਕਰ ਰਹੇ ਹਾਂ, ਉਸ ਤੋਂ ਹੋਰ ਵੀ ਜਿਹੜੀ ਪ੍ਰੋਬਲਮ ਨਹੀਂ ਉਹ ਹਜੇ ਤੱਕ ਐਸੀ ਕੋਈ ਗੱਲ ਨਹੀਂ। ਹਾਂਜੀ ਇੱਕ ਇਹਦੇ 'ਚ ਹੋਰ ਵੀ ਹੈ ਵੀ ਇਹ ਦੋਨੇ ਜਾਣੇ ਜਿਹੜੇ ਸਤਨਾਮ ਸੱਤੀ ਅਤੇ ਜਿਹੜਾ ਬਲਵਿੰਦਰ ਸਿੰਘ ਹੈ, ਇਹ ਦੋਨੇ ਆਪਸ ਵਿੱਚ ਰਿਸ਼ਤੇਦਾਰ ਹੈ। ਸਤਨਾਮ ਸੱਤੀ ਦੀ ਭੂਆ ਦੀ ਲੜਕੀ ਵਿੱਚ ਮੈਰਿਡ ਹੈ, ਉਸ 'ਤੇ ਇਹ ਦੋਨੇ ਰਿਸ਼ਤੇਦਾਰ ਵੀ ਹੈ। ਹਾਂਜੀ ਉਹ ਸਾਡੀ ਇਨਵੈਸਟੀਗੇਸ਼ਨ ਦੌਰਾਨ ਹੈ, ਅਸੀਂ ਇਸ ਸਮੇਂ ਡਿਸਕਲੋਜ਼ ਕਰ ਸਕਦੇ ਬਟ ਉਹ ਅਸੀਂ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਜਿਹੜਾ ਬਲਵਿੰਦਰ ਨੂੰ ਇਸ ਤੋਂ ਜ਼ਿਆਦਾ ਇਸ ਬਾਰੇ ਜ਼ਿਆਦਾ ਪਤਾ, ਉਸ ਨੂੰ ਜਦੋਂ ਹੀ ਅਸੀਂ ਕਰਾਂਗੇ ਅਤੇ ਬਾਕੀ ਸਾਰੀਆਂ ਚੀਜ਼ਾਂ ਸਾਹਮਣੇ ਆ। ਉਸ 'ਤੇ ਚਾਰ ਪਹਿਲਾਂ ਇਹ ਪੰਜਵਾਂ ਪਰਚਾ, ਉਸ 'ਤੇ ਇਸ 'ਤੇ ਪਹਿਲਾਂ ਇੱਕ ਪਰਚਾ, ਆਹ ਦੂਸਰਾ ਪਰਚਾ ਹੈ, ਇਹ ਸਾਲਾ ਜੀ ਸਰ। ਇਹ ਇਹ ਪਹਿਲਾਂ ਕੁਛ ਦੋ ਤਿੰਨ ਸਾਲ ਪਹਿਲਾਂ ਇਸਨੇ ਜਿਵੇਂ ਕਿਤੇ ਜੋਬ ਵੀ ਕਰਦਾ ਸੀਗਾ ਇਹ ਬੰਦਾ, ਅਤੇ ਉਸ ਤੋਂ ਬਾਅਦ ਇਹਦੇ ਕਹਿਣ ਮੁਤਾਬਕ, ਇਹਦੀ ਪੁੱਛਗਿੱਛ ਮੁਤਾਬਕ ਇਹ ਆਪ ਨਸ਼ਾ ਕਰਨ ਲੱਗ ਪਿਆ, ਅਤੇ ਉਸ ਤੋਂ ਬਾਅਦ ਇਸਨੇ ਉਹਨੂੰ ਇਹਦੇ ਪੈਸੇ ਪੂਰੇ ਨਹੀਂ ਹੁੰਦੇ ਸੀ, ਉਸ 'ਤੇ ਧੰਦਾ ਸ਼ੁਰੂ ਕੀਤਾ, ਅਤੇ ਬਲਵਿੰਦਰ ਲਾਡੀ ਦੇ ਨਾਲ ਰਲ ਕੇ ਇਹਨਾਂ ਨੇ ਪਹਿਲਾਂ ਵੀ ਕੀਤਾ, ਅਤੇ ਇਸਦੇ ਹੋਰ ਵੀ ਸਾਥੀ ਸੀ ਉਹਨਾਂ ਬਾਰੇ ਵੀ ਪੁੱਛਗਿੱਛ ਕਰ ਰਿਹਾ। ਇਹ ਨਸ਼ਾ ਕਰਨ ਦੇ ਦੌਰਾਨ ਜਿਹੜਾ ਪਹਿਲਾ ਪਰਚਾ ਵੀ ਇਹਦਾ ਦਰਜ ਹੈ, ਉਸ ਦੇ ਵਿੱਚ ਵੀ ਇਸਦੇ ਦੋ ਸਾਥੀ ਹੋਰ ਹੈ, ਉਹਨਾਂ ਦੀ ਵੀ ਅਸੀਂ ਪੁੱਛਗਿੱਛ ਕਰਨੀ ਹੈ ਇਸ ਸੰਬੰਧੀ, ਅਤੇ ਇਸ ਤੋਂ ਹੋਰ ਵੀ ਪੁੱਛਗਿੱਛ ਕਰ ਰਹੇ ਹਾਂ ਵੀ ਕਿੰਨਾ ਤੋਂ ਲੈਂਦਾ ਸੀ ਜਾਂ ਕਿੰਨਾ ਤੋਂ ਵੇਚਦਾ ਸੀ ਅੱਗੇ, ਕਿਉਂਕਿ ਇਹ ਕਾਫੀ ਐਡੀ ਵੱਡੀ ਕੁਆਂਟਿਟੀ ਹੈ, ਅਤੇ ਉਸ 'ਤੇ ਕਾਫੀ ਇਹਦੇ ਵਿੱਚ ਪਰਤਾਂ ਖੁੱਲਣਗੀਆਂ ਹੋਰ ਕਾਫੀ। ਸਰ ਸਾਲਾ ਜੀਜਾ ਜਿਸ ਤਰ੍ਹਾਂ ਦੇ ਕਹਿ ਰਹੇ ਜੇ, ਹੋਰ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਨਾਲ ਇਨਰੋਲਡ ਹੈਗੇ ਨੇ, ਉਹਨਾਂ ਦਾ ਕੋਈ ਨਾਮ ਆ ਰਿਹਾ? ਇਹ ਹਜੇ ਤੱਕ ਇਹਨਾਂ ਦਾ ਹੀ ਆਇਆ, ਜਦੋਂ ਅਸੀਂ ਹੋਰ ਪੁੱਛਗਿੱਛ ਕਰਾਂਗੇ, ਹਜੇ ਤਾਂ ਅਸੀਂ ਸਾਰੀ ਕਾਰਵਾਈ ਦੇ ਵਿੱਚ ਹੀ ਬਿਜ਼ੀ ਸੀ। ਜੋ ਪੁੱਛਗਿੱਛ ਕੀਤੀ ਹੈ ਜਿਹੜੀ ਪ੍ਰੀਲਿਮਿਨਰੀ, ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ, ਜਿਵੇਂ ਅੱਗੇ ਨੋਟਿਸ ਚੀਜ਼ ਆਊਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ।